देवगंधारी हर के नाम बिना सुंदर है नकटी ज्यों विश्वा के घर टूट झमट है दिस नाम परयो है टकटी ਰਹਾਉ ਜਿਨ ਕੈ ਹਰਦੈ ਨਾਏ ਹਰ ਸੁਮ ਜਿ ਬਿਗੜ ਰੂਪ ਬੇਰਕਤੀ ਜੋ ਨਿਗੁਰਾ ਬਹੁ ਬਾਤਾਂ ਜਾਣੇ ਉਹ ਹਰ ਦਰਗਾਹ ਹੈ ਪ੍ਰਸਤੀ ਜਿਨ ਕੋ ਦਇਆਲ ਹੋਆ ਮੇਰਾ ਸੁਮੀ ਤੈਨਾ ਸਾਜ ਜਨਾ ਪਗ ਚਕਤੀ ਨਾਨਕ ਪਤਿਤ ਪਵਿੱਤ ਮਿਲ ਸੰਗਤ ਕੁਰ ਸਤਗੁਰ ਪਾਛੇ ਝੁਕਤੀ ਛੱਕਾ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਸਤੇ ਪਾਛੇ ਮਨੁੱਖਾ ਜਨਮ ਦਾ ਮਕਸਦ ਪਰਮਾਤਮਾ ਦੇ ਨਾਮ ਦਾ ਸਿਮਨ ਕਰਨਾ ਕਿਉਂਕਿ ਇਹ ਕਾਰਜ ਮਨੁੱਖਾ ਜੁਨ ਵਿੱਚ ਹੀ ਕੀਤਾ ਜਾ ਸਕਦਾ ਗੁਰਬਾਣੀ ਗੁਰੂ ਜੀ बार-बार ਸਮਝਾਉਂਦੇ ਚੌਰਾਸੀ ਲਖ ਜੋਨ ਸਬਾਈ ਮਨਸ ਕੋ ਪ੍ਰਭ ਦੀ ਵਢਾਈ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁਖ ਪਾਇੰਦਾ जम जम मरे मरे फिर जम में बहुत सजाए पया देश में भगत कबीर जी ने बड़ा सुंदर किया जे मनुखा जन्म चाह ये काम नहीं करता फिर कदों करेंगे चार पाम दोंग गुंग मुख तब कैसे गुन गई है उठत बैठत ठेंगा पर है तब कत मून लु गई है हर बिन बैल बेरानी हुई है फाटे नाकन टूटे कादन को दोस गई है ये नाम दहमा ਤथा ਨਾਮ ਜਪਣ ਵੱਲ ਪ੍ਰੇਰਨਾ ਕਰਨ ਦਾ ਇੱਕ ਤਰੀਕਾ ਭਗਤ ਜੀ ਨੇ ਹੋਰ ਵੀ ਬਹੁਤ ਸਾਰੇ ਸ਼ਬਦਾਂ ਵਿੱਚ ਗੁਰਬਾਣੀ ਦੇ ਬਹੁਤ ਸਾਰੇ ਸ਼ਬਦਾਂ ਵਿੱਚ ਸਾਨੂੰ ਪ੍ਰਾਣੀਆਂ ਨੂੰ ਇਹ ਪ੍ਰੇਰਨਾ ਕੀਤੀ ਪ੍ਰਾਣੀ ਤੂੰ ਆਇਆ 라ਹ ਲੈ ਲਗਾ ਕੇ ਤੂੰ ਫੱਕੜੇ ਸਭ ਮੁਕਦੀ ਚੱਲੀ ਰਹਿਣ ਬਗਤ ਵੀ ਕਹਿੰਦੇ ਨੇ ਜੇ ਤਾਂ ਇਸ ਮਨੁੱਖਾ ਜਨਮ 'ਚ ਆ ਕੇ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਨੁੱਖ ਦੇਹੀ ਪਾਈ ਕਈ ਬੰਦੇ ਉਲਝ ਜਾਂਦੇ ਨੇ ਕਿਉਂ ਜੀ ਪਹਿਲਾਂ ਸੇਵਾ ਕੀਤੀ ਭਗਤੀ ਕੀਤੀ ਤਾਂ ਮਨੁੱਖਾ ਜਨਮ ਮਿਲੇ ਨਹੀਂ ਇਹਨੂੰ ਸਮਝਣ ਵਾਸਤੇ ਅਨੁਭਵ ਕਰਨਾ ਪਵੇ ਅਨਵਾਦਾ ਮਤਲਬ ਪਿਛਲੀ ਪੰਕਤੀ ਪਹਿਲਾਂ ਲਿਆਓ ਤੇ ਪਹਿਲੀ ਪਿਛੇ ਲੈ ਜਾਓ ਜੇਤੇ ਮਨੁੱਖਾ ਜਨਮ ਵਿੱਚ ਆਕੇ ਅਗਦੀ ਕੀਤੀ ਗੁਰੂ ਦੇ ਦੱਸੇ ਰਾਹ ਤੇ ਚਲੇ ਤਾਂ ਤੇ ਮਨੁੱਖਾ ਦੇਹੀ ਪਾਈ ਸਫਲ ਹੈ ਇਹਦਾ ਇਸ ਤਰ੍ਹਾਂ ਅਰਥ ਕਰਨਾ ਪਵੇਗਾ ਤਬ ਇਹ ਮਨੁੱਖ ਦੇਹੀ ਪਾਈ ਗੁਰਸੇਵਾ ਤੇ ਭਗਤ ਕਮਾਈ ਇਸ ਦੇ ਹੀ ਕੋ ਸਿਮਰੈ ਦੇਵ ਸੋ ਦੇ ਹੀ ਪਜਹਰ ਕੀ ਸੇ ਪਜੋ ਗੋਬਿੰਦ ਪੂਲ ਮਤ ਜਾਹ ਮਾਨਸ ਜਨਮ ਕਾ ਇਹ ਲਾਹ ਹੈ ਬੰਦੇ ਜੇ ਮਨੁੱਖਾ ਜਨਮ ਚ ਆ ਕੇ ਇਹ ਕੰਮ ਨਹੀਂ ਕੀਤਾ ਫਿਰ ਕਦੋਂ ਕਰੇਗਾ ਅਬ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਇਸ ਪਰ ਥਾਏ ਗੁਰੂ ਰਾਮਦਾਸ ਜੀ ਨੇ ਵਰਤੇ ਅਸੀਂ ਰੋਜ਼ ਪੜਦੇ ਆ ਆਸਾ ਕੀ ਬਾਣੀ ਜਿਨਿ ਐਸਾ ਹਰ ਨਾਮ ਨ ਚੀਤੇਓ ਸੇ ਕਾਹੇ ਜਗ ਆਏ RAM ਰਾਜਿ ਮਾਨੁਖ ਜਨਮ ਦੁਲੰਭ ਹੈ ਨਾਮ ਬਿਨਾ ਬਿਰਤਾ ਤਵ ਜਾਏ ਹੁਣ ਬੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਭਾਵ ਕਹਿਣ ਤੂੰ ਕਿ ਮਨੁੱਖਾ ਜਨਮ ਜਿਹੜਾ ਜੇ ਇਸ ਵਿੱਚ ਆ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਅਤ ਸੁੰਦਰ ਕੁਲੀਨ ਚਤੁਰ मुख ज्ञानी धनवंत मृतक कहीं नानका जे प्रीत नहीं भगवंत भावे कोई बहुत सुंदर अत सुंदर होलीन हो चंकी कुल भी जन्म लै चतुर चलाक भी हो गत कर ज्ञानी भी होवे ਦਨਵੰਤ ਚਾਰ ਪੈਸੇ ਵੀ ਹੋਤ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ધਨਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਅਖਰ ਦੇ ਪਰਮਾਤਮਾ ਦੀ ਪ੍ਰੀਤ ਹਿਰਦੇ ਵਿੱਚ ਨਹੀਂ ਤਾਂ ਉਹਦਾ ਸੁੰਦਰ ਹੋਣਾ ਉਹਦਾ ਚੰਗੀ ਕੁੱਲ ਵਿੱਚ ਜਨਮ ਲੈਣਾ ਉਹਦੇ ਕੋਲ ਚਲਾਕੀਆਂ ਚਤਰਾਈਆਂ ਹੋਣੀਆਂ ਮੂੰਹ ਤੋਂ ਗਿਆਨ ਦੀਆਂ ਗੱਲਾਂ ਕਰਨੀ ਇਹ ਕਿਸੇ ਵੀ ਕੰਮ ਨਹੀਂ ਗੁਰੂ ਰਾਮਦਾਸ ਸੱਚੇ ਬਾਦਸ਼ਾਹ ਜੀ ਕਹਿੰਦੇ ਨੇ ਇਹ ਸਭ ਕੁਝ ਬੇਕਾਰ ਹੈ ਰੋਜ਼ ਸੁਖੁਨੀ ਸਾਹਿਬ ਚ ਪੜ੍ਹਦੇ ਨਾਮ ਬਿਨਾ ਜੀਤਾ ਬਿਉਹਾਰ ਜਿਉ ਮਿਰਤਕ ਮਿੱਠਿਆ ਸਿੰਗਾਰ ਅਖਰ ਜਿਵੇਂ ਮੁਰਦੇ ਨੂੰ ਸ਼ਿੰਗਾਰ ਕਰਦੇ ਹੋ ਅਧਿਖੇ ਕਈ ਵਾਰੀ ਬੀਬੀਆਂ ਨੂੰ ਸੁਰਖੀ ਬਿੰਦੀ ਲਾ ਦਿੰਦੇ ਬੜੇ ਕੀਮਤੀ ਕੱਪੜੇ ਦੁਸ਼ਾਲੇ ਪਾ ਦਿੰਦੇ ਦੱਸੋ ਉਹਨੂੰ ਕੀ ਫਾਇਦਾ ਉਹ ਤਾਂ ਮਰ ਗਿਆ ਅਖਰ ਜੇ ਕਿਸੇ ਨੇ ਮਨੁੱਖਾ ਜੀਵਨ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਨਾਮ ਬਿਨਾ ਜੇ ਤਾਂ ਵਿਵਹਾਰ ਜਿਉ ਮਰ ਤੱਕ ਮਿੱਠੇ ਆਂਗਾਰ ਤੋ ਗੱਲ ਕੀ ਗੁਰੂ ਸਾਹਿਬ ਦਾ ਆਸ਼ਾ ਇਹ ਹੈ ਕਿ ਇਸ ਮਨੁੱਖਾ ਜਨਮ ਦੇ ਅੰਦਰ ਆ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਹੀ ਮੁਖ ਮੰਤਬ ਹੋਰ ਜੁਨੀਆਂ ਬਹੁਤ ਨੇ ਅਸੀਂ ਸਭ ਦੇਖਦੇ ਆ ਉਹਨਾਂ ਜੁਨੀਆਂ ਵਿੱਚ ਹੋਰ ਸਾਰੇ ਕੰਮ ਹੁੰਦੇ ਨੇ ਉਹ ਖਾਂਦੇ ਵੀ ਹਨ ਉਹ ਪਿੰਦੇ ਵੀ ਹਨ ਉਹ ਸੰਤਾਨ ਪੈਦਾ ਵੀ ਕਰਦੇ ਹਨ ਹੋਰ ਵੀ ਸਾਰੇ ਕੰਮ ਕਰਦੇ ਪਰ ਉਹ ਨਾਮ ਨਹੀਂ ਜਪ ਸਕਦੇ ਉਹ ਸੰਗਤ ਵਿੱਚ ਨਹੀਂ ਬੈਠ ਸਕਦੇ ਤੇ ਜੇ ਮਨੁੱਖਾ ਜੂਨ ਮਿਲ ਕੇ ਫਿਰ ਵੀ ਨਾਮ ਨਹੀਂ ਜਪਿਆ ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਤੀ ਹੁਣ ਦੇਖੋ ਤੇ ਸੁੰਦਰ ਦੇ ਰਾਰੇ ਨੂੰ ਸਿਆਰੀ ਇਹਦਾ ਅਰਥ ਕਰਾਂਗੇ ਸੁੰਦਰੀ ਸੋਹਣੀ ਇਸਤਰੀ ਵੀ ਕਿੰਨੀ ਖੂਬਸੂਰਤ ਹੋਵੇ ਕਿਤਨੀਆਂ ਪਰਮਾਤਮਾ ਨੇ ਉਸ ਨੂੰ ਸੁੰਦਰਤਾਈਆਂ ਦਿੱਤੀਆਂ ਹੋ ਪਰ ਜੇ ਉਹ ਨਾਮ ਨਹੀਂ ਜਪਦੀ ਨਕਤੀ ਨਕਤੀ ਦੇ ਅਖਰੀ ਅਰਥ ਨੇ ਨੱਕ ਕਟੀ ਹੋਈ ਤੇ ਜਿਹਦਾ ਨੱਕ ਕਟਿਆ ਹੋਵੇ ਉਡੀ ਖੂਬਸੂਰਤੀ ਕੀ ਕਰੇ ਇਹ ਸਮਝਾਉਣ ਦਾ ਤਰੀਕਾ ਹੈ ਇਹ ਸਾਨੂੰ ਟੁੱਟਿਆ ਹੋਇਆਂ ਨੂੰ ਰੱਬ ਨਾਲ ਜੋੜਨ ਦਾ ਇੱਕ ਤਰੀਕਾ ਹੈ ਹਰ ਕੇ ਨਾਮ বিনা ਸੁੰਦਰ ਹੈ ਨਕਤੀ ਭਾਵੇਂ ਕੋ ਕਿਤਨੀ ਖੂਬਸੂਰਤ ਹੋਵੇ ਜੇ ਉਹ ਪਰਮਾਤਮਾ ਦਾ ਨਾਮ ਨਹੀਂ ਜਪਦੀ ਤਾਂ ਉਹ ਜਾਣੋ ਨਕਤੀ ਹੈ ਆਵ ਉਸ ਦਾ ਨੱਕ ਕਟਿਆ ਹੋਇਆ ਨੱਕ ਵੱਡੀ ਹੈ ਬਦ ਸ਼ਕਲ ਹਰ ਕੇ ਨਾਮ বিনা ਸੁੰਦਰ ਹੈ ਨਕਤੀ ਜਿਉ ਬਿਸ਼ਵਾ ਕੇ ਘਰ ਪੂਤ ਜਮਤ ਹੈ ਇਸ ਨਾਮ ਪਰਿਉ ਹੈ ਟਕਟੀ ਜਿਉ ਜਿਵੇਂ ਬਿਸ਼ਵਾ ਦੇ ਕਰ ਕੰਜਰੀ ਕਹਿ ਲੋ ਬਿਸ਼ਵਾ ਕਹਿ ਲੋ ਜਿਸ ਦਾ ਸੰਬੰਧ ਸਰੀਰਕ ਤੌਰ ਤੇ ਕਈ ਲੋਕਾਂ ਨਾਲ ਹੋਵੇ ਉਹਨੂੰ ਬੇਸਵਾ ਕਹਿੰਦੇ ਨੇ ਇਹ ਵੱਖਰੀ ਗੱਲ ਹੈ ਕਿ ਵੱਖ-ਵੱਖ ਇਲਾਕਿਆਂ ਵਿੱਚ ਕਿਦਰੇ ਉਹਨੂੰ ਡੰਡੀ ਕਿਹਾ ਜਾਂਦਾ ਹੈ ਕਿਦਰੇ ਉਹਨੂੰ ਬੇਸਵਾ ਕਿਹਾ ਜਾਂਦਾ ਹੈ ਕਿਦਰੇ ਗਨਕਾ ਕਿਹਾ ਜਾਂਦਾ ਹੈ ਜੇ ਉਹਦੇ ਘਰ ਪੁੱਤਰ ਜੰਮ ਪਵੇ ਤਾਂ ਉਸਦੇ ਪਿਤਾ ਦਾ ਨਾਮ ਕੀ ਕਿਹਾ ਜਾਂਦਾ ਹੈ ਜਿਉਂ ਵਿਸ਼ਵਾ ਕੇ ਘਰ ਪੂਤ ਜਮਤ ਹੈ। ਤਿਸ ਨਾਮ ਪਰਿਉ ਹੈ ਤਕੜੀ। ਤਕੜੀ ਦੇ ਅਖਰੀ ਅਰਥ ਜੋ ਵਿਦਵਾਨਾਂ ਨੇ ਕੀਤੇ। ਉਹ ਹੈ ਹਰਾਮੀ। ਵਿਭਚਾਰਨ ਦਾ ਪੁੱਤਰ। ਤਰਕਟ ਇਸਤਰੀ ਦਾ ਪੁੱਤਰ। ਉਹਨੂੰ ਕਿਉਂਕਿ ਉਹਦਾ ਪਿਤਾ ਨਾਮ ਤੇ ਕੋਈ ਦੱਸਿਆ ਨਹੀਂ ਜਾਂਦਾ ਪਤਾ ਨਹੀਂ ਕਿਸ ਦੀ ਮੀਰੇਜ ਤੋਂ ਪੈਦਾ ਹੋਇਆ ਕਿਉਂਕਿ ਬੇਸਵਾ ਕਿਤਨੇ ਲੋਕਾਂ ਨਾਲ ਸਰੀਰਕ ਸੰਬੰਧ ਕਰਦੇ ਦੇਖੋ ਮਸ਼ਾਲ ਜਿਹੜੀ ਦਿੱਤੀ ਕਿਉਂ ਦਿੱਤੀ ਆਖਿਆ ਪ੍ਰਮਾਤਮਾ ਦਾ ਨਾਮ ਜਪਣਾ ਹੀ ਇਸ ਜੀਵਨ ਦੀ ਸਫਲਤਾ ਹੈ ਤੇ ਜੇ ਨਾਮ ਨਹੀਂ ਜਪਿਆ ਫਿਰ ਤਾਂ ਤ੍ਰਕਟੀ ਉਸ ਦਾ ਜੀਵਨ ਤ੍ਰਕਾਰ ਹੈ ਉਹਦੇ ਜੀਵਨ ਤੇ ਫਟਕਾਰ ਹੈ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਤੀ ਜਿਉ ਬੇਸਵਾ ਕੇ ਕਰਪੂਤ ਝਮਟ ਹੈ ਤਿਸ ਨਾਮ ਪਰਿਉ ਹੈ ਤ੍ਰਕਟੀ ਉਹਨਾਂ ਲੋਕ ਕੀ ਕਹਿਣਗੇ ਉਸ ਦੇ ਪਿਤਾ ਦਾ ਨਾਮ ਹੀ ਨਹੀਂ ਇਸ ਵਾਸਤੇ ਜਿਨੇ ਨਾਮ ਨਹੀਂ ਜਪਿਆ ਬਾਵੇਂ ਉਹ ਕਿੰਨੀ ਸੁੰਦਰ ਹੋਵੇ ਉਹ ਨਕਟੀ ਬਾਵੇਂ ਉਹ ਕਿਤਨੇ ਗੁਣਾਂ ਦਾ ਮਾਲਕ ਹੋਵੇ ਉਹਨੂੰ ਟਕਟੀ ਕਿਹਾ ਜਾਏ ਕਿਉਂਕਿ ਉਸਨੇ ਪਿਤਾ ਦਾ ਪਰਮਾਤਮਾ ਦਾ ਨਾਮ ਤੇ ਜਪਿਆ ਹੀ ਨਹੀਂ ਰਹਾਉ ਜਿਨ ਕੈ ਹਿਰਦੈ ਨਾ ਹੈ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਤੀ ਜਿਨ ਕੈ ਹਿਰਦੈ ਜਿਨਾ ਦੇ ਹਿਰਦੈ ਵਿੱਚ ਉਸ ਮਾਲਕ ਦਾ ਸੁਆਮੀ ਦਾ ਨਾਮ ਨਹੀਂ ਹੈਗਾ ਤੇ ਬਿਗੜ ਰੂਪ ਉਬਦਿ ਸ਼ਕਲ ਬੇਰਕਤੀ ਰਕਤੀ ਕਹਿੰਦੇ ਰਤ ਨੂੰ ਲਹੂ ਨੂੰ ਉਹ ਬਿਗੜੀ ਹੋਈ ਰਤ ਵਾਲੇ ਬਿਗੜੀ ਹੋਈ ਰਤ ਵਾਲਿਆਂ ਦਾ ਕਿ ਉਹਨਾਂ ਨੂੰ ਕੋੜੀ ਕਹਿੰਦੇ ਪਾਪ ਜਿਨ੍ਹਾਂ ਦਾ ਲਹੂ ਵਿਖੜਿਆ ਹੋਵੇ ਉਹਨਾਂ ਨੂੰ ਕੋੜੀ ਕਹਿੰਦੇ ਗੱਲ ਕੀ ਉਹ ਘਟਿਆ ਤੋਂ ਘਟਿਆ ਮਨੁੱਖ ਜੇ ਉਹ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਭੱਜ ਸ਼ਕਲ ਵੀ ਹਨ ਉਹ ਕੋੜੀ ਵੀ ਹਨ ਇਹ ਅਖਰ ਮਹਾਰਾਜ ਨੇ ਕਈ ਵਾਰ ਵਰਤੇ ਜਾਂ ਜਮਾਲਿਆ ਕਹਿ ਅੱਖਾਂ ਉਥੇ ਸੱਚੇ ਹੀ ਸੱਚ ਨਿਭੜੇ ਚੁਣਵੱਖ ਕਦੇ ਜਮਾਲਿਆ ਥਾਉ ਨ ਪਾਇਨ ਕੂੜਿਆਰ ਮੋ ਕਾਲੇ ਦੋਜਕ ਚਾਲਿਆ ਤੇਰੇ ਨਾਂ ਰਤੀ ਸੇ ਜਿਣ ਗਏ ਹਰ ਗਏ ਤੇ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਜਿਨ ਕੈ ਹਿਰਦੈ ਨਾਏ ਹਰਿ ਤੁਮਿ ਤੇ ਬਿਗੜ ਰੂਪ ਬੇਰਕਤੀ ਉਹ ਬਦ ਸ਼ਕਲ ਹਨ ਉਹ ਬਿਗੜੀ ਹੋਈ ਰਤ ਵਾਲੇ ਕੋੜੇ ਹਨ ਜਿਉ ਨਿਗੁਰਾ ਬਹੁ ਬਾਤਾਂ ਜਾਣੇ ਉਹ ਹਰ ਦਰਗਾਹ ਹੈ ਭ੍ਰਸ਼ਟੀ ਜਿਮੇ ਨਿਗੋਰਾ ਜਿਸ ਨੇ ਗੁਰੂ ਦੀ ਸਿੱਖਿਆ ਤੇ ਅਮਲ ਨਹੀਂ ਕੀਤਾ ਗੱਲਾਂ ਬਹੁਤ ਕਰਦਾ ਕਿਸੇ ਨੂੰ ਵਾਰੀ ਨਹੀਂ ਆਉਣ ਦਿੰਦਾ ਆਪਣੇ ਆਪ ਨੂੰ ਬੜਾ ਚਤੁਰ ਸਿਆਣਾ ਸਮਝ ਪਰ ਉਹ ਇੱਥੇ ਤੇ ਗੱਲਾਂ ਨਾਲ ਆਪਣਾ ਪ੍ਰਭਾਵ ਬੰਨ੍ਹਦਾ ਉਹ ਹਰ ਦਰਗਾਹ ਹੈ ਭ੍ਰਸ਼ਟੀ ਹਰੀ ਦੀ ਦਰਗਾਹ ਵਿੱਚੋਂ ਭ੍ਰਸ਼ਟਿਆ ਹੋਇਆ ਫਟਕਾਰਿਆ ਹੋਇਆ ਉਹ ਪਤਿਤ ਹੈ ਭਾਵ ਉਸ ਵਿਕਾਰਾਂ ਵਿੱਚ ਡਿੱਗੇ ਹੋਏ ਬੰਦੇ ਨੂੰ ਗੰਦੇ ਆਚਰਨ ਵਾਲਾ ਕਿਹਾ ਜਾਂਦਾ ਜਿਉ ਨਿਕੋਰਾ ਬੋ ਬਤਾਂ ਜਾਣੇ ਉਹ ਹਰ ਦਰਗਾਹ ਹੈ ਪ੍ਰਸਤੀ ਹੁਣ ਸਾਰੇ ਸ਼ਬਦ ਨੂੰ ਵਿਚਾਰਨ ਤੋਂ ਬਾਅਦ ਨਚੋੜ ਤੇ ਕੋਈ ਬਾਈ ਮਨੁੱਖਾ ਜਨਮ ਵਿੱਚ ਪਰਮਾਤਮਾ ਦਾ ਨਾਮ ਜਪਣਾ ਬਹੁਤ ਜ਼ਰੂਰੀ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਇਥੇ ਤੱਕ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਜੇ ਨਾ ਹਰ ਹਰ ਦਾ ਨਾਮ ਨ ਬਸਿਓ ਤਨ ਮਾਤ ਕੀ ਜੈ ਹਰ ਭੰ ਜਾ ਮੈਂ ਇੱਕ ਦਫਾ ਫਰੀਦাবাদ ਕਥਾ ਕਰ ਰਿਹਾ ਹਾਂ ਤੇ ਇਸ ਪੰਕਤੀ ਦੇ ਅਰਥ ਕਰਦਿਆਂ ਮੈਂ ਇਹ ਵਿਚਾਰ ਰੱਖੇ ਕਿ ਭਾਈ ਗੁਰੂ ਰਾਮਦਾਸ ਜੀ ਕਰਨ ਜਿਨਾ ਦੇ ਹਿਰਦੇ ਵੀ ਪਰਮਾਤਮਾ ਦਾ ਨਾਮ ਨਹੀਂ ਵਸਿਆ। हे ਪਰਮਾਤਮਾ ਉਹਨਾਂ ਦੀ ਮਾਤਾ ਨੂੰ ਬਾਝ ਕਰ ਦੇ। ਬਾਝ ਦਾ ਮਤਲਬ ਜਿਸ ਦੀ ਕੋਖੋਂ ਅਗੋਂ ਕੋਈ ਸੰਤਾਨ ਪੈਦਾ ਨਾ ਹੋ। ਹੁਣ ਜੋ ਅਰਥ ਬਣਦੇ ਨੇ ਉਹੀ ਕਰਨੇ। ਪ੍ਰੋਗਰਾਮ ਲਾਈਵ ਹੋ ਰਿਹਾ ਸੀ ਥੱਲੇ ਮੇਰਾ ਮੋਬਾਈਲ ਨੰਬਰ ਆ ਰਿਹਾ ਸੀ ਇੱਕ ਸਜਣ ਦਾ ਫੋਨ ਆਇਆ ਬੜੀ ਨਰਾਜਗੀ ਭਰੇ ਲਹਿਜੇ ਵਿੱਚ ਕਹਿਣ ਲੱਗਾ ਗਿਆਨੀ ਜੀ ਨਾਮ ਉਸਨੇ ਨਹੀਂ ਜਪਿਆ ਮਾਂ ਦਾ ਕੀ ਕਸੂਰ ਹੈ ਮੈਂ ਕਿਹਾ ਗੁਰਮੁਖੋ ਜਾ ਕੇ ਬੈਠ ਕੇ ਵਚਨ ਕਰੋ ਫਿਰ ਤੁਹਾਨੂੰ ਸਮਝ ਆਵੇ ਖੈਰ ਉਹ ਆ ਗਿਆ ਮੈਂ ਉਹ ਸਮਝਾਇਆ ਮੈਂ ਕਿਹਾ ਮਾਤਾ ਦੀ ਬਹੁਤ ਵੱਡੀ ਡਿਊਟੀ ਹੈ ਤਾਂ ਹਨੋ ਮਾਤਾ ਜਿਹੜੀਆਂ ਆਪਣੇ ਬੱਚਿਆਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਦੀਆਂ ਨੇ ਬਾਣੀ ਨਾਲ ਜੋੜਦੀਆਂ ਨੇ ਮੈਂ ਤੇ ਉਹੀ ਸੁਣਦਾ ਆ ਬਜ਼ੁਰਗਾਂ ਕੋਲ ਬਈ ਸਾਡੀ ਮਾਤਾ ਕਹਿੰਦੀ ਸੀ ਤੁਹਾਨੂੰ ਪਰਉਠੀ ਮਿਲੇਗੀ ਰੋਟੀ ਮਿਲੇਗੀ ਪਹਿਲਾਂ ਪੰਜ ਵਾਰੀ ਮੂਲ ਮੰਤਰ ਸੁਣਾਓ ਗੁਰਦੁਆਰੇ ਮੱਠਾ ਟੇਕਿਆ ਹੋ ਮਾਤਾ ਜੀ ਪ੍ਰੇਰਨਾ ਬੜਾ ਅਸਰ ਕਰਦੀ ਵੇਖੋ ਭਗਤ ਰੂ ਪੰਜਾਂ ਸਾਲਾਂ ਦੇ ਮਾਤਾ ਜੀ ਪ੍ਰੇਰਨਾ ਨਾਲ ਨਾਮ ਜਪ ਕੇ ਕਿੰਨੀ ਉੱਚੀ ਪਰਵੀ ਮਿਲੀ ਪੰਜ ਵਰਖ ਕੋ ਅनाथ ਤੂ ਬਾਰਕ ਹਰ ਸਿਮਰਤ ਅਮਰ ਠਾਰੇ ਭਗਤ ਫਰੀਦ ਜੀ ਵਲ ਵੇਖੋ ਉਹਨਾਂ ਦੀ ਮਾਤਾ ਨੇ ਬਰੇ ਰਿਆ ਪੁੱਤਰ ਨਮਾਜ਼ ਪੜਿਆ ਕਰ ਖੁਦਾ ਦੀ ਬੰਦਗੀ ਕਰਿਆ ਕਰ ਫਰੀਦ ਜੀ ਨੇ ਆਖਿਆ ਮਾਂ ਖੁਦਾ ਕੀ ਦੇਗਾ ਆਖਿਆ ਖੁਦਾ ਤੈਨੂੰ ਸ਼ਕਰ ਦੇਗਾ ਬੱਚੇ ਨਹੀਂ ਚੀਜੀ ਬੜੀ ਵੈਲਿਊ ਰੱਖਦੀ ਹੈ ਆਦਮੀ ਸਿਆਣੀਆਂ ਮਾਮਾ ਬੱਚਿਆਂ ਨੂੰ ਚੀਜੀ ਦਾ ਲਾਲਚ ਦੇ ਕੇ ਉਹਨਾਂ ਨੂੰ ਚੰਗੇ ਪਾਸੇ ਤੋਰ ਲੈਂਦੀ ਹੈ ਫਿਰ ਤੁਸੀਂ ਛੋਟੇ ਸਹਬਜ਼ਾਦਿਆਂ ਬਲ ਵੇਖੋ ਵਡੇ ਸਹਬਜ਼ਾਦੇ ਆਂ ਮਰ ਦੇਖੋ ਮਾਂ ਦਾ ਦਾਦੀ ਦਾ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਹੈ ਜਦੋਂ ਮੈਂ ਇਸਨੀਆਂ ਮਸਾਲਾਂ ਦਿੱਤੀਆਂ ਤੇ ਉਹ ਸੱਜਣ ਸ਼ਾਂਤ ਹੋ ਗਏ ਕਹਿੰਦੇ ਬਿਲਕੁਲ ਠੀਕ ਹੈ ਤਾਂ ਗੁਰੂ ਰਾਮਦਾਸ ਜੀ ਤੇ ਕਹਿੰਦੇ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਨਜਾ ਤਿਨ ਸੁਨੀ ਦੇ ਫਿਰੇ ਬਿਨ ਨਾਮੈ ਓਏ ਖੱਪ ਖੱਪ ਮੋਏ ਕਰਨ ਜਾਂ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਤੀ ਜਿਉ ਬੇਸਵਾ ਕੇ ਘਰ ਪੂਤ ਜਮਤੇ ਕਿਸ ਨਾਮ ਪਰ ਉਹ ਹੈ ਧਕਤੀ ਰਾਉ ਜਿਨ ਕਾ ਹਿਰਦੈ ਨਾਏ ਹਰ ਸੁਆਮੀ ਤੇ ਬਿਗੜ ਰੂਪ ਬੇਰਕਤੀ ਇਹ ਜਿਹੜਾ ਤੇ ਹੈ ਸੰਬੰਧ ਕੀ ਨਹੀਂ ਇਹ ਉਹ ਵਾਸਾ ਜੋ ਨਿਗੁਰਾ ਬੋਤਾਂ ਜਾਣੇ ਉਹ ਹਰ ਦਰਗਾਹ ਹੈ ਪ੍ਰਸ਼ਟੀ ਅਖੀਰ ਵਿੱਚ ਪਾਤਸ਼ਾਹ ਨੇ ਜਿੰਨ ਕੋ ਦਇਆ ਲੋ ਹੁਆ ਮੇਰਾ Swami ਜਿੰਨ ਕੋ ਦਇਆ ਲੋ ਹੁਆ ਮੇਰਾ Swami ਜਿਨ੍ਹਾਂ ਉਤੇ ਮੇਰਾ ਮਾਲਕ ਵਾਹਿਗੁਰੂ ਦਇਆ ਲੋ ਗੀ ਤਿਨਾ ਸਾਧ ਜਨਾ ਪਗ ਚਕਟੀ ਤਿਨਾ ਉਹਨਾ ਮਨੁੱਖਾ ਨੇ ਸਾਤ ਜਨ ਗੁਰਮੁਖ ਖਾਂ ਦੀ ਸੰਗਤ ਕੀਤੀ ਉਹਨਾਂ ਦੇ ਚਰਨ ਪਰਸੇ ਚਕਤੀ ਤੋਂ ਮਤਲਬ ਹੈ ਪਰਸੇ ਜਦੋਂ ਅਸੀਂ ਸੰਗਤ ਵੀ ਜਾਣਦੇ ਆ ਸੰਗਤ ਦੀ ਧੂੜ ਮੱਥੇ ਤੇ ਲਾਉਣੀ ਭਾਵ ਕਹਿਣ ਤੋਂ ਕਿ ਨਿਮਰਤਾ ਦੇ ਨਾਲ ਮੱਥਾ ਟੇਕਤੀਆਂ ਜੋੜਿਆਂ ਨੂੰ ਮੱਥੇ ਨਾਲ ਲਾਉਨੇ ਆ ਧੂੜ ਨੂੰ ਮੱਥੇ ਨਾਲ ਇਹ ਸਭ ਨਿਮਰਤਾ ਦੇ ਭਾਵ ਜਿਨ ਕੋ ਦਇਆ ਲੁਆ ਮੇਰਾ ਸੁਆਮੀ ਤਿਨਾਂ ਸਾਧ ਜਨਾ ਭਗਤ ਚਕਤੀ ਨਾਨਕ ਪਤਿਤ ਪਵਿਤ ਮਿਲ ਸੰਗਤ ਗੁਰਸਤ ਗੁਰ ਪਾਛੇ ਚੁਕਤੀ ਨਾਨਕ ਜੀ ਫਰਮਾਉਂਦੇ ਹਨ ਬੜੇ ਬੜੇ ਪਤਿਤ ਬੜੇ ਬੜੇ ਨੀਚ ਪਵਿਤ ਪਵਿੱਤਰ ਹੋ ਜਾਂਦੇ ਮਿਲ ਸੰਗਤ ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਮਹਿਮਾ ਸਾਧੂ ਸੰਗਤ ਕੀ ਸੁਣੋ ਮੇਰੇ ਮੀਤਾ ਮਹਿਲ ਖੋਈ ਕੋਟ ਅਗਹਰੇ ਨਿਰਮਲ ਬਹਿ ਚੀਤਾ ਇਹ ਜਿਹੜੀ ਸਾਧ ਸੰਗਤ ਹੈ ਇਹ ਸਾਡੇ ਜੀਵਨ ਨੂੰ ਪਲਟਾ ਦਿੰਦੀ ਜੀਵਨ ਵਿੱਚ ਤਬਦੀਲੀ ਆ ਜਾਂਦੀ ਬੜੀਆਂ ਮਸਾਲਾ ਦੇ ਕੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਫਰਮਾਇਆ ਹਰ ਕੋ ਨਾਮ ਸਦਾ ਸੁਖदाई ਹਰ ਕੋ ਨਾਮ ਸਦਾ ਸੁਖदाई ਹਰੀ ਦਾ ਨਾਮ ਸਦਾ ਹੀ ਸੁਖ ਦੇਣ ਬਣ ਆਖਿਆ ਅਜਾਮਲ ਵਰਗੇ ਪਾਪੀ ਗਨ ਕਾ ਵਰਗੀ ਪਾਪਨ ਨਾਮ ਜਪ ਕੇ ਕਿੱਥੇ ਪਹੁੰਚੇ ਇਸੇ ਤਰ੍ਹਾਂ ਜਿਨ ਕੋ ਦਇਆਲੂ ਹੋਆ ਮੇਰਾ ਸਵਾਮੀ ਜਿਨ੍ਹਾਂ ਉੱਤੇ ਮੇਰੇ ਮਾਲਕ ਦੀ ਕਿਰਪਾ ਹੋ ਗਈ ਜਿਨ੍ਹਾਂ ਸਾਧ ਜਨਾਂ ਪਗ ਚਕਤੀ ਉਹ ਸਾਧ ਜਨਾਂ ਦੀ ਗੁਰਮੁਖਾਂ ਦੀ ਚਰਨ ਤੂੜ ਲੈਂਦੇ ਉਹਨਾਂ ਦੇ ਚਰਨਾਂ ਦੀ ਸਪਰਸ਼ਤਾ ਕਰਦੇ ਭਾਵ ਉਹਨਾਂ ਦੀ ਸੰਗਤ ਕਰਦੇ ਔਰ ਸੰਗਤ ਕਰਕੇ ਨਾਨਕ ਕਿਰਪਤ ਤ ਪਵਿੱਤਰ ਮਿਲ ਸੰਗਤ ਮਿਲਦੇ ਲੱਲੇ ਨੂੰ ਸਿਆਰੀ ਉਹ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਜਿਹੜੇ ਪਤ ਤਾਨੂੰ ਉਹ ਵੀ ਪਵਿੱਤਰ ਹੋ ਜਾਂਦੇ ਨੀਚ ਜਾਤ ਹਰ ਜਪਤੇ ਆ ਉੱਤਮ ਪਰਵੀ ਪਾਏ ਪੁੱਛੋ ਬਿਦਰਦਾਸੀ ਸੁਤੇ ਕਿਸ ਨੂੰ ਉਤਰਿਆ ਘਰ ਚ ਸਜਾਈ ਨਾਨਕ ਪਤ ਤ ਪਵਿੱਤਰ ਮਿਲ ਸੰਗਤ ਗੁਰ ਸਤਗੁਰ ਪਾਛੇ ਛੁਕਤੀ ਆਖਿਆ ਜਿਵੇਂ ਲੋਹਾ ਪਾਣੀ ਵਿੱਚ ਛੋਟੋ ਡੁੱਬ ਜਾਏ ਪਰ ਜੇ ਉਹਨੂੰ ਲੱਕੜ ਦੇ ਨਾਲ ਲਾਓ ਤੇ ਤਰ ਜਾਏ ਸਤਿਮੁੱਚ ਇਸੇ ਤਰ੍ਹਾਂ ਗੁਰੂ ਸਤਗੁਰ ਦੀ ਸੰਗਤ ਬਿਤਾ ਕੇ ਗੁਰੂ ਸਤਗੁਰ ਦੀ ਸਿੱਖਿਆ ਨੂੰ ਸੁਣ ਕੇ ਮੰਨ ਕੇ ਛੁਕਤੀ ਛੁੱਟ ਜਾਂਦੀ ਭਾਵ ਉਹਨਾਂ ਦਾ ਜੀਵਨ ਸੁੰਦਲ ਬਣ ਜਾਏ ਉਹ ਵਿਕਾਰਾਂ ਤੋਂ ਬਚ ਜਾਏ ਛੱਕਾ 1 ਕਈ ਪੁੱਛਦੇ ਨੇ ਛੱਕੇ ਦਾ ਕੀ ਮਤਲਬ ਇਹ ਛੇ ਸ਼ਬਦਾਂ ਦਾ ਜੋੜ ਹੈ ਇਹਨੇ ਸਾਨੂੰ ਸਮਝਾ ਦਿੱਤਾ ਕਿ ਗੁਰੂ ਰਾਮਦਾਸ ਜੀ ਦੇ ਮੁਖਾਰਬਿੰਟੋਂ ਉਚਾਰਨ ਕੀਤੇ ਹੋਏ ਇਹ ਸ਼ਬਦਾਂ ਦਾ ਜੋੜ ਹੈ ਇਹਨੂੰ ਛੱਕਾ 1 ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ